ਅਸੀਂ ਅੱਜ ਇੱਕ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਕਿ 50 ਲੱਖ ਸਮਾਰਟਫੋਨ ਇਹ ਅਗਲੇ 5 ਸਾਲਾਂ ਦੇ ਵਿੱਚ 1 ਲੱਖ ਹਰ ਸਾਲ ਅਸੀਂ ਆਪਣੇ ਨੌਜਵਾਨਾਂ ਨੂੰ ਦੇਵਾਂਗੇ। ਇਹਦੇ ਵਿੱਚ 1 ਸਾਲ ਲਈ ਫ੍ਰੀ ਡੇਟਾ ਕਾਲਿੰਗ ਵਾਸਤੇ ਆਪਣੇ ਤੁਹਾਨੂੰ ਫ੍ਰੀ ਦਾ ਮਿਲੇਗਾ, ਔਰ ਇਹਦੇ ਵਿੱਚ ਅਸੀਂ ਲੋਕ ਪੁੱਛਣਗੇ ਇਹਨਾਂ ਇਹ ਪੁੱਛਣਗੇ ਕਿ ਤੁਹਾਡਾ ਤੁਸੀਂ ਕਿੱਧਰੋਂ ਲਿਆਓਗੇ ਪੈਸੇ, ਪੈਸੇ ਸਾਡੀ ਜ਼ਿੰਮੇਵਾਰੀ ਅਸੀਂ ਕਰਾਂਗੇ ਕਿ ਅਗਰ ਅਸੀਂ ਤੁਹਾਨੂੰ ਸਮਾਰਟਫੋਨ ਐਂਡਰਾਇਡ ਨਾਲ ਜਿਹੜੇ ਹੁੰਦੇ ਨੇ 4G ਇਹ ਤੁਹਾਨੂੰ ਅਸੀਂ 1 ਸਾਲ ਵਾਸਤੇ ਮੁਫਤੀ ਦੇਈਏ, ਔਰ ਇਹ ਹਰ ਸਾਲ ਅਸੀਂ 1 ਲੱਖ ਬੰਦਾ ਬਣਾ ਕੇ ਇਹ 50 ਲੱਖ 5 ਸਾਲਾਂ ਦੇ ਵਿੱਚ ਅਸੀਂ ਕਰੀਏ, ਤਾਂ ਕਿ ਕੋਈ ਨੌਜਵਾਨ 18 ਔਰ 35 ਸਾਲ ਦੇ ਦਰਮਿਆਨ ਬਗੈਰ ਟੈਲੀਫੋਨ ਨਾ ਹੋਵੇ। ਅਕਾਊਂਟ ਜਿਹੜਾ ਸਾਡਾ ਅਕਾਊਂਟ ਹੈ ਚੈੱਕ ਕਰ ਲਓ, ਬੈਲੈਂਸ 0 ਹੀ ਹੈ। ਸਾਡੀ ਦੂਜੀਆਂ ਪਾਰਟੀਆਂ ਦਾ ਬੈਲੈਂਸ ਹੁੰਦਾ, ਸਾਡੇ ਜਸਦਾਰਾਂ ਕੋਲ ਕਿਹੜਾ ਪੈਸਾ? ਸਾਡੀ ਮੈਂ ਤੁਹਾਨੂੰ ਸਰ ਸਭ ਤੋਂ ਗਰੀਬ ਪਾਰਟੀ ਪੂਰੇ ਪੰਜਾਬ ਹਿੰਦੁਸਤਾਨ ਚ ਅਕਾਲੀ ਦਲ ਹੈ। ਕਹਿਤਾ ਕੁਛ ਹੈ ਕਰਤਾ ਕੁਛ ਹੈ। ਮੈਨੇ ਇੱਕ ਵਾਅਦਾ ਕੀਤਾ ਸੀ ਅੱਜ ਤੋਂ 14 ਮਹੀਨੇ ਪਹਿਲੇ ਬਠਿੰਡੇ ਵਿੱਚ ਗੁਟਕਾ ਸਾਹਿਬ ਨੂੰ ਹੱਥ ਸਿਲਾਈ ਲੈ ਕੇ ਕਿ 4 ਹਫ਼ਤਿਆਂ 'ਚ ਮੈਂ ਨਸ਼ੇ ਦਾ ਲੱਕ ਤੋੜ ਦੂੰਗਾ ਪੰਜਾਬ 'ਚ। 11,000 ਕਰੋੜ ਦੀਆਂ ਸੜਕਾਂ ਦਾ ਕੰਮ ਅਗਲੇ 2 ਮਹੀਨੇ ਚਾਲੂ ਹੋ ਜਾਊਗਾ। ਮੈਂ ਸੀਐਮ ਸਾਹਿਬ ਨਾਲ ਗੱਲ ਕਰ ਰਿਹਾ ਸੀ, ਜੇ ਤੁਸੀਂ ਇੱਥੋਂ ਅੰਮ੍ਰਿਤਸਰ ਜਾਓਗੇ ਐ 6 ਲੇਨ ਦੀ ਸੜਕ ਤੇ ਭੰਗੜੇ ਪਾਉਂਦੇ ਜਾਓਗੇ। ਆਹ ਜਿਹੜੇ ਲੋਕ ਦੀਆਂ ਸੜਕਾਂ ਦੇ ਟੋਟ ਵੀ ਪੈ ਜਾਂਦੇ ਸੀ ਨਾ, ਤੁਸੀਂ ਦੇਖਿਆ ਟੁੱਟ ਜਾਂਦੀਆਂ ਸੀ, ਹੁਣ 44 ਸਾਲ ਭਾਵੇਂ ਬੰਬ ਵੀ ਸਿਰ ਤੇ ਟੁੱਟਦੀ ਨਹੀਂ ਹੈ ਸੜਕ, ਬੰਬ ਵੀ ਸਿਰ ਤੇ ਟੁੱਟਦੀ ਨਹੀਂ ਹੈ ਸੜਕ। 2 ਸਾਲਾਂ ਚ ਇਹੋ ਸੂਬਾ ਬਣ ਜੂਗਾ ਜਿਵੇਂ ਅਮਰੀਕਾ ਕੈਨੇਡਾ ਦੀਆਂ ਸੜਕਾਂ। ਮੇਰਾ ਕਮਿਟਮੈਂਟ ਹੈ ਕਿ ਪੰਜਾਬ ਵਿੱਚ ਅਸੀਂ ਨੌਕਰੀਆਂ ਦਾ ਇੱਕ ਹਰ ਘਰ 'ਚੋਂ 1 ਨੌਕਰੀ ਦੇਵਾਂਗੇ, ਔਰ ਜਦੋਂ ਤੁਹਾਨੂੰ ਨੌਕਰੀ ਨਹੀਂ ਮਿਲਦੀ ਅਸੀਂ 2500 ਰੁਪਏ ਇਹਨਾਂ ਨੂੰ ਪੱਟਾ ਦੇਵਾਂਗੇ। ਇੱਥੇ ਅਸੀਂ ਨਵਾਂ ਬਿੱਲ ਲੈ ਕੇ ਆਏ ਪੂਰੇ ਦੇਸ਼ ਵਿੱਚ, ਅਸੀਂ ਜਿੱਥੇ ਜਿੱਥੇ ਪੁਲਾਂ ਨੂੰ ਉੱਚੇ ਕਰ ਦਾਂਗੇ, ਇਹਨਾਂ ਨਹਿਰਾਂ 'ਤੇ ਜਿਵੇਂ ਸੜਕਾਂ 'ਤੇ ਬੱਸ ਚੱਲਦੀ ਹੈ ਉਵੇਂ ਵੱਡੀਆਂ ਕਿਸ਼ਤੀਆਂ ਜਿਹੜੀਆਂ ਬਾਹਰਲੇ ਮੁਲਕ ਵਾਂਗੂ। ਅਤੇ ਮੈਂ ਕਹਿੰਦਾ ਨਵਾਂ ਕੰਮ ਅੱਜ ਗਡਕਰੀ ਸਾਹਿਬ ਨੇ ਦੱਸਿਆ ਕਿ ਪੰਜਾਬ ਪਹਿਲਾ ਸੂਬਾ ਲਊਗਾ ਮੈਂ ਜਿੱਥੇ ਸਾਡੇ ਨਹਿਰਾਂ ਦੇ ਉੱਤੇ ਅਸੀਂ ਕਿਸ਼ਤੀਆਂ ਸੈਂਟਰ ਸਰਕਾਰ 'ਤੇ ਮਨਜ਼ੂਰ ਕਰਕੇ ਅਤੇ ਵਧੀਆ ਨਾਲੇ ਸੜਕਾਂ 'ਤੇ ਜਾਂਦੇ ਸੀ, ਹੁਣ ਤੁਹਾਨੂੰ ਨਹਿਰਾਂ ਦੇ ਨਾਲ ਮੱਛੀਆਂ ਫੜਦੇ ਰਹੇ ਨਾਲੇ ਬੈਠੇ। ਗਡਕਰੀ ਸਾਹਿਬ ਤੋਂ ਮੈਨੂੰ ਹੋਰ ਗੱਲ ਕਰਨ ਲੱਗੇ ਸੀ, ਕਹਿੰਦੇ ਮੈਂ ਬਾਹਰ ਗਿਆ ਹੁਣ ਨਵੀਆਂ ਬੱਸਾਂ ਬਣ ਲੱਗ ਗਈਆਂ, ਗਡਕਰੀ ਸਾਹਿਬ ਨੇ ਆਪ ਚਲਾਈ ਹੈ ਬੱਸ ਉੱਥੇ ਗਏ ਸੀਗੇ ਨਾਲ, ਜੇ ਪਾਣੀ 'ਚ ਵੀ ਜਾਂਦੀ ਹੈ। ਜਿਹੜੇ ਗਰੀਬ ਨੇ ਜਿਹਨਾਂ ਕੋਲ ਕਰਨੀ ਹੈ ਉਹਨਾਂ ਨੂੰ ਅਸੀਂ 5 ਮਰਲੀ ਜ਼ਮੀਨ ਦੇਵਾਂਗੇ ਔਰ 1 ਲੱਖ ਰੁਪਇਆ ਆਪਣੇ ਘਰ ਨੂੰ ਬਣਾਉਣ ਵਾਸਤੇ। ਕਿਸਾਨਾਂ ਵਾਸਤੇ ਤਾਂ ਅਸੀਂ ਮੁਫਤ ਦੀ ਬਿਜਲੀ ਦਾ ਐਲਾਨ ਕਰ ਚੁੱਕੇ ਹਾਂ, ਹੁਣ ਜਿਹੜੀ ਬਾਕੀ ਇੱਥੇ ਸਾਡੇ ਕਾਰਖਾਨੇ ਲਾਉਣਗੇ ਜਾਂ ਕੋਈ ਉਦਯੋਗ ਕਰਨਾ ਕੁਛ ਵੀ ਕੰਮ ਕਰਨਾ ਉਹ ਵੱਧ ਤੋਂ ਵੱਧ 5 ਰੁਪਏ ਯੂਨਿਟ ਇਹ ਰੱਖਿਆ ਜਾਵੇਗਾ ਜੋ ਅੱਜ 7 ਰੁਪਏ 60 ਪੈਸੇ। ਮੈਂ ਵਾਅਦਾ ਕੀਤਾ ਸੀ ਬਿਜਲੀ ਪੂਰੀ ਕਰੂੰਗਾ, ਹੋਇਆ ਕਿ ਨਹੀਂ? ਬਿਜਲੀ ਨਹੀਂ ਹੋਈ। ਪੰਜਾਬ ਦੀ ਮਾਰੋ ਗੋਲੀ। ਲੋਕਾਂ ਨੂੰ ਆਟਾ ਦਾਲ ਤਾਂ ਪਹਿਲਾਂ ਮਿਲ ਰਹੀ ਹੈ, ਅਸੀਂ ਆਟਾ ਦਾਲ ਚਾਹ ਅਤੇ ਚੀਨੀ ਵੀ ਨਾਲ ਦੇਵਾਂਗੇ ਤਾਂ ਕਿ ਉਹਨਾਂ ਦਾ ਕੋਈ ਖਰਚਾ ਘੱਟ ਆਪਣੇ ਘਰਾਂ ਦਾ ਘੱਟ ਜਾਏ। ਜਿਹੜੇ ਬਹੁਤ ਲੋਕ ਬੇਰੁਜ਼ਗਾਰੀ ਦੇ ਹਾਲਤ ਵਿੱਚ ਨੇ, ਰੋਟੀ ਨਹੀਂ ਖਾ ਸਕਦੇ, ਉਹਨਾਂ ਨੂੰ ਅਸੀਂ ਰੈੱਡ ਕਰਾਸ ਸਕੀਮ ਦੇ ਅਧੀਨ 1 5 ਰੁਪਏ ਰੋਟੀ ਦਾ ਪੂਰੀ ਰੋਟੀ ਦਾ ਪ੍ਰਬੰਧ ਕਰਕੇ ਦੇਵਾਂਗੇ।
ਸਕੂਲ ਕਿਵੇਂ ਨਵੇਂ ਬਣੇ, ਆਰਓ ਸਿਸਟਮ ਲੱਗੇ ਪਏ ਆ, ਵੱਡੇ ਵੱਡੇ ਫਲਾਈਓਵਰ ਬਣੀ ਜਾਂਦੇ ਆ, ਵੱਡੇ ਵੱਡੇ ਪ੍ਰੋਜੈਕਟ ਆਈ ਜਾਂਦੇ ਆ, ਕੋਈ ਪਛਾਣ ਨਹੀਂ ਸਕਦਾ ਇਸ ਇਲਾਕੇ ਨੂੰ ਜਿਹਨੇ 15 ਸਾਲ ਪਹਿਲੇ ਇਲਾਕਾ ਦੇਖਿਆ। ਦੱਸੋ ਕਿਤੇ ਰੇਲਵੇ ਫਾਟਕ ਦੇਖਿਆ ਪਿਛਲੇ 9 ਸਾਲਾਂ ਚ ਕਿਤੇ? ਪਹਿਲੇ ਤਾਂ ਰੇਲਵੇ ਫਾਟਕ ਹੀ ਦਿਖਦੇ ਸੀ, ਹੋਰ ਕੁਝ ਦਿਖਦਾ ਨਹੀਂ ਸੀ। ਪੂਰੇ ਪੰਜਾਬ ਚਲੇ ਜਾ, ਤੁਹਾਨੂੰ ਰੇਲਵੇ ਫਾਟਕ ਨਹੀਂ ਮਿਲੂਗਾ। ਅਕਾਲੀ ਦਲ ਦੇ ਬਹਾਦਰ ਸੂਰਮੇ ਹੈ, ਜੇ ਅਸੀਂ ਕਹੀਏ ਇਹਨਾਂ ਨੂੰ ਕਿ ਅਗਲੇ ਮਹੀਨੇ ਅਸੀਂ ਤਾਮਿਲਨਾਡੂ ਮਦਰਾਸ ਵਿੱਚ ਜਾ ਕੇ ਰੈਲੀ ਕਰਨੀ ਹੈ, ਸਾਰੇ ਉੱਥੇ ਪਹੁੰਚ ਜਾਣਗੇ। ਕਿ ਮੇਰੇ ਵੀਰੋ, ਇਹ ਕਦਮ ਨਾ ਚੱਕੋ, 4 ਮਹੀਨੇ ਰਹਿ ਗਏ ਨੇ ਪੰਜਾਬ ਦੇ ਲੋਕਾਂ ਦੇ ਪਿਆਰ ਨਾਲ ਔਰ ਵਾਹਿਗੁਰੂ ਦੀ ਕਿਰਪਾ ਨਾਲ ਅਗਰ ਅਸੀਂ ਆਵਾਂਗੇ, ਕਿਸੇ ਦੀ ਜ਼ਮੀਨ ਮੈਂ ਵਿਕਣ ਨਹੀਂ ਦੇਣੀ ਹੈ। ਤੁਸੀਂ ਆਪਣੇ ਮਨ ਚ ਵਸਾ ਲਓ, ਹੁਣ ਕੋਈ ਜ਼ਮੀਨ ਨਹੀਂ ਵਿਕੇਗੀ। ਕਈਆਂ ਨੇ ਲੋਨ ਲਿੱਤੇ ਨੇ ਕੋਆਪਰੇਟਿਵਾਂ ਚੋਂ, ਕਈਆਂ ਨੇ ਲੁਕੇ ਦੇ ਨੈਸ਼ਨਲ ਬੈਂਕਾਂ ਚੋਂ, ਕਈਆਂ ਨੇ ਆੜਤੀਆਂ ਤੋਂ ਲਿੱਤੇ ਹੋਏ ਨੇ। ਇਹ ਤਿੰਨਾਂ ਦੇ ਜਿਹੜਾ ਤੁਹਾਡਾ ਕਰਜ਼ਾ ਹੈ ਅਸੀਂ ਦੇਵਾਂਗੇ, ਪੰਜਾਬ ਸਰਕਾਰ ਦੇਊਗੀ, ਤੁਹਾਨੂੰ ਪੇ ਕਰਨ ਦੀ ਲੋੜ ਨਹੀਂ। ਤੁਹਾਡਾ ਕਰਜ਼ਾ ਜੋ ਆੜਤੀਆਂ ਦੇ ਨਾਲ ਹੈ, ਆੜਤੀਆਂ ਨੂੰ ਅਸੀਂ ਦੇਵਾਂਗੇ, ਬੈਂਕਾਂ ਨੂੰ ਅਸੀਂ ਦੇਵਾਂਗੇ, ਕੋਆਪਰੇਟਿਵ ਮਹਿਕਮੇ ਨੂੰ ਅਸੀਂ ਦੇਵਾਂਗੇ। ਮਾੜਤੀਆਂ ਦਾ ਔਰ ਕਿਸਾਨਾਂ ਦਾ ਇੱਕ ਬੜਾ ਗੂੜਾ ਰਿਸ਼ਤਾ ਹੁੰਦਾ ਹੈ, ਲੇਕਿਨ ਔਰ ਜਿਹੜੇ ਤੁਹਾਨੂੰ ਔਖੀ ਘੜੀ ਦੇ ਵਿੱਚ ਉਹਨਾਂ ਨੇ ਪੈਸੇ ਦਿੱਤੇ ਨੇ, ਉਹਦੀ ਜ਼ੁੰਮਾ ਅਸੀਂ ਲਵਾਂਗੇ, ਉਹਨਾਂ ਦੇ ਪੈਸੇ ਮੋੜਾਂਗੇ। ਅਸੀਂ ਤੁਹਾਡੇ ਤੋਂ ਨਹੀਂ ਅਸੀਂ ਮੰਗਾਂਗੇ ਕੋਈ ਪੈਸੇ। ਕਹਿੰਦੇ ਕੁਛ ਕਰਦੇ ਕੁਛ